ਤੇਜ਼ ਹਨੇਰੀ ਦੇ ਕਾਰਨ ਇੱਕ ਮਸ਼ਹੂਰ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ, ਜਿਸ ਦੇ ਕਾਰਨ ਹੁਣ ਲਗਾਤਾਰ ਇਹ ਅੱਗ ਵੱਧਦੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਫੈਕਟਰੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਤਾਂ ਟਰਾਈਡੈਂਟ ਕੰਪਨੀ ਦੇ ਵਿੱਚ ਇਹ ਅੱਗ ਲੱਗੀ ਹੈ, ਟਰਾਈਡੈਂਟ ਦੀ ਫੈਕਟਰੀ ਹੈ, ਉਸਦੇ ਵਿੱਚ ਜੋ ਤੂੜੀ ਪਈ ਸੀ ਬਾਹਰ ਪਹਿਲਾਂ ਉਸਦੇ ਵਿੱਚ ਅੱਗ ਲੱਗਦੀ ਹੈ ਅਤੇ ਲਗਾਤਾਰ ਹੀ ਇਹ ਅੱਗ ਹੁਣ ਫੈਕਟਰੀ ਦੇ ਅੰਦਰ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਫੈਲਦੀ ਜਾ ਰਹੀ ਹੈ। 20 ਤੋਂ ਵੱਧ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਅਤੇ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਤੇਜ਼ ਹਨੇਰੀ ਇਸ ਅੱਗ ਦੀ ਵਜ੍ਹਾ ਦੱਸੀ ਜਾ ਰਹੀ ਹੈ, ਜਿਸ ਨੇ ਪਹਿਲਾਂ ਤਾਂ ਅੰਦਰ ਪਈ ਤੂੜੀ ਨੂੰ ਸਾੜ ਕੇ ਸਵਾਹ ਕੀਤਾ, ਪਰ ਜਦੋਂ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਹਨੇਰੀ ਅਤੇ ਹਵਾ ਜ਼ਿਆਦਾ ਹੋਣ ਦੇ ਕਾਰਨ ਲਗਾਤਾਰ ਹੀ ਅੱਗ ਵੱਧਦੀ ਗਈ ਅਤੇ ਹਾਲੇ ਤੱਕ ਕਿਹਾ ਜਾ ਰਿਹਾ ਕਿ ਇਸ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਤਾਂ ਬਰਨਾਲਾ ਦੀ ਟਰਾਈਡੈਂਟ ਕੰਪਨੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ, ਲੱਖਾਂ ਰੁਪਇਆਂ ਦਾ ਉੱਥੇ ਨੁਕਸਾਨ ਹੋਇਆ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਮੌਕੇ ਦੇ ਉੱਤੇ ਪਹੁੰਚੇ ਨੇ। ਹਰ ਬੰਦੇ ਦੇ ਵੱਲੋਂ ਕੋਈ ਨਾ ਕੋਈ ਕੋਸ਼ਿਸ਼ ਅੱਗ ਬੁਝਾਉਣ ਦੇ ਲਈ ਕੀਤੀ ਜਾ ਰਹੀ ਹੈ, ਪਰ ਲਗਾਤਾਰ ਹੀ ਅੱਗ ਫੈਲਦੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਈ ਹੈ। ਲਗਾਤਾਰ ਅੱਗ ਦੀਆਂ ਲਪਟਾਂ ਜੋ ਨੇ ਆਸਮਾਨ ਨੂੰ ਛੂ ਰਹੀਆਂ ਨੇ, ਹਰੇ ਦਰਖਤ ਜੋ ਨੇ ਕਿੰਨੇ ਹੀ ਸੜ ਕੇ ਸਵਾਹ ਹੋ ਗਏ ਨੇ, ਪਰ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ। ਤਾਂ ਦੱਸ ਦਈਏ ਕਿ ਬਰਨਾਲਾ ਦੀ ਟਰਾਈਡੈਂਟ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਤੇਜ਼ ਹਨੇਰੀ ਇਸਦੀ ਵਜ੍ਹਾ ਜ਼ਰੂਰ ਦੱਸੀ ਜਾ ਰਹੀ ਹੈ। ਤਾਂ ਟਰਾਈਡੈਂਟ ਕੰਪਨੀ ਦੇ ਵਿੱਚ ਇਹ ਅੱਗ ਲੱਗੀ ਹੈ, ਹਾਲਾਂਕਿ ਟਰਾਈਡੈਂਟ ਕੰਪਨੀ ਦੇ ਵਿੱਚ ਪੇਪਰ ਅਤੇ ਟਾਵਲ ਬਣਾਏ ਜਾਂਦੇ ਨੇ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਅੰਦਰ ਤੂੜੀ ਵੀ ਪਈ ਸੀ, ਪਰ ਤੂੜੀ ਨੂੰ ਸਭ ਤੋਂ ਪਹਿਲਾਂ ਅੱਗ ਲੱਗਦੀ ਹੈ, ਜਿਸ ਤੋਂ ਬਾਅਦ ਲਗਾਤਾਰ ਹੀ ਅੱਗ ਫੈਲਦੀ ਹੋਈ ਫੈਕਟਰੀ ਦੇ ਅੰਦਰ ਤੱਕ ਪਹੁੰਚ ਜਾਂਦੀ ਹੈ। ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ, ਫਾਇਰ ਬ੍ਰਿਗੇਡ ਦੀਆਂ 2 ਦਰਜਨ ਤੋਂ ਵੱਧ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਨੇ, ਪਰ ਹਾਲੇ ਤੱਕ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ।